ਪੰਜਾਬ ਵਿੱਚ ਭਾਰੀ ਮੀਂਹ ਕਾਰਨ ਹਰ ਥਾਂ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਸਕਦਾ ਹੈ। ਜੇਕਰ ਗੱਲ ਕਰੀਏ ਕੁਰਾਲੀ ਨਦੀ ਦੀ ਤਾਂ ਕੁਰਾਲੀ ਨਦੀ ਵਿੱਚ ਬਸੀ ਕਲੋਨੀ ਦੀ ਤਾਂ ਇਸ ਵਾਰ ਕੁਰਾਲੀ ਨਦੀ ਨੇ ਆਪਣਾ ਭਿਆਨਕ ਰੂਪ ਦਿਖਾਇਆ ਹੈ। ਕਈ ਥਾਂ ਪਾੜ ਪੈ ਗਏ ਨੇ, ਹਰ ਥਾਂ ਪਾਣੀ ਹੀ ਪਾਣੀ ਨਜ਼ਰ ਆਇਆ ਹੈ। ਕਲੋਨੀ ਦੇ ਬਸਿੰਦੇ ਖੌਫ ਕਾਰਨ ਰਾਤ ਨੂੰ ਹੁਣ ਸੌ ਵੀ ਨਹੀਂ ਸਕਦੇ। ਉਹ ਰਾਤ ਨੂੰ ਉੱਠ ਉੱਠ ਨਦੀ ਵੱਲ ਵੇਖਦੇ ਰਹਿੰਦੇ ਨੇ। ਉਹਨਾਂ ਨੂੰ ਡਰ ਹੈ ਕਿ ਕਿਤੇ ਨਦੀ ਦਾ ਤੇਜ਼ ਬਹਾਅ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਨਾ ਦੱਬ ਦੇਵੇ। ਉਹਨਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੋਂ ਸ਼ਿਕਾਇਤ ਹੈ ਕਿ ਉਹਨਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ। ਜਦੋਂ ਪ੍ਰਭ ਆਸਰਾ ਸੰਸਥਾ ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਉਹਨਾਂ ਦੇ ਹਾਲਤ ਜਾਣਨ ਪਹੁੰਚੇ ਤਾਂ ਬਸਿੰਦਿਆਂ ਨੇ ਆਪਣਾ ਦੁੱਖ ਉਹਨਾਂ ਨਾਲ ਸਾਂਝਾ ਕੀਤਾ। ਭਾਈ ਸ਼ਮਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੌਰਾਨ ਆਖਿਆ ਕਿ ਇਹ ਪ੍ਰਸ਼ਾਸਨ ਅਤੇ ਸਰਕਾਰ ਉੱਤੇ ਵੱਡਾ ਸਵਾਲੀਆ ਨਿਸ਼ਾਨ ਹੈ। ਉਹ ਕਲੋਨਾਈਜ਼ਰਾਂ ਨੂੰ ਨਦੀਆਂ ਵਿੱਚ ਕਲੋਨੀ ਕੱਟਣ ਦੀ ਪਰਮਿਸ਼ਨ ਦੇ ਕੇ ਲੋਕਾਂ ਦੇ ਜਜ਼ਬਾਤਾਂ ਨਾਲ ਕਿਉਂ ਖੇਡਣ ਦਿੰਦੇ ਨੇ? ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਅਫਸਰਾਂ ਦੀ ਮਿਲੀ ਭਗਤ ਨਾਲ ਕੁਰਾਲੀ ਨਦੀ ਵਿੱਚ ਕਲੋਨੀਆਂ ਨਦੀਆਂ ਕੱਟੀਆਂ ਨੇ ਉਹਨਾਂ ਦੀ ਜਾਂਚ ਕੀਤੀ ਜਾਵੇ। ਜਿੱਥੇ ਬਹੁਤ ਪੁਰਾਣਾ ਫਲੋ ਇੱਥੇ ਸੈਂਕੜਿਆਂ ਸਾਲਾਂ ਦਾ, ਜਿਹਨੂੰ ਆਪਾਂ ਕਹੀਏ ਆਪਾਂ ਤਾਂ ਪਿਛਲੇ ਜਦੋਂ ਸਾਡੀ ਕਹਿ ਲਓ ਵੀ ਸੋਝੀ ਸੰਭਲੀ ਆ ਉਦੋਂ ਤੋਂ ਦੇਖਦੇ ਆ ਰਹੇ ਹਾਂ ਕਿ ਇੱਥੇ ਨਦੀ ਦਾ ਜਿਹੜਾ ਏਰੀਆ ਸੀ ਇਸ ਉਹ ਕਿੰਨਾ ਲੰਮਾ ਚੌੜਾ ਸੀ। ਜੇ ਇਹਦਾ ਇੱਧਰਲਾ ਬੰਨਾ ਦੇਖਦੇ ਹਾਂ ਉਹ ਕਿੰਨਾ ਅੱਧੇ ਕਿਲੋਮੀਟਰ 'ਤੇ ਹੋਏਗਾ। ਇਹ ਨਹਿਰ ਦੇ ਵਿੱਚ ਮਤਲਬ ਨਦੀ ਦੇ ਵਿੱਚ ਜਿਹੜੀ ਕਲੋਨੀ ਹੈਗੀ ਹੈ, ਇਹ ਕੱਟਣ ਦੀ ਪਰਮਿਸ਼ਨ ਕਿਹਨੇ ਦਿੱਤੀ ਹੈ, ਇਹਦੇ ਨਕਸ਼ੇ ਪਾਸ ਕਿਹਨੇ ਕੀਤੇ ਹੈ, ਇਹ ਜਿਹੜੇ ਸਵਾਲ ਬਹੁਤ ਵੱਡੇ ਖੜ੍ਹੇ ਹੈ ਜਿਹਦੇ ਕਰਕੇ ਨਾਗਰਿਕ ਦੀਆਂ ਜਾਨਾਂ ਖਤਰੇ ਵਿੱਚ ਪਈਆਂ ਅਤੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਸਾਰੀ ਉਮਰ ਦੀ, ਇੱਕ ਮਕਾਨ ਬਣਾਉਣਾ ਹੋਵੇ ਇੱਕ ਇਨਸਾਨ ਨੇ ਅਤੇ ਉਹਨੂੰ ਪਤਾ ਹੁੰਦਾ ਉਹ ਕਿੱਦਾਂ ਬਣਾਉਂਦਾ, ਅਤੇ ਕੋਠੀਆਂ ਦੇ ਹਾਲਾਤ 'ਤੇ ਗਿਰੀਆਂ ਹੋਈਆਂ ਕੋਠੀਆਂ ਅਤੇ ਗਿਰਨ ਕਿਨਾਰੇ ਖੜ੍ਹੀਆਂ ਕੋਠੀਆਂ ਦੱਸ ਰਹੀਆਂ ਹੈਗੀਆਂ ਕਿ ਉਹ ਮਤਲਬ ਕਿਸ ਤਰ੍ਹਾਂ ਦੀ ਮਾਨਸਿਕ ਪੀੜਾ ਝੱਲ ਰਹੇ ਹੋਣੇ, ਕਿੰਨੇ ਕੁ ਡਿਪਰੈਸ਼ਨ 'ਚ ਗਏ ਹੋਣੇ ਅਤੇ ਕਿੰਨੀ ਉਹਨਾਂ ਦੇ ਉੱਪਰ ਕਰਜ਼ੇ ਖੜ੍ਹੇ ਹੋਣੇ ਜਿਨ੍ਹਾਂ ਨੇ ਆਪਣੀਆਂ ਲੋਨ ਲੈ ਕੇ ਇੱਥੇ ਮਕਾਨ ਬਣਾਏ ਹੈ। ਇਸ ਦੀ ਇਨਕੁਆਇਰੀ ਤੁਰੰਤ ਜਿਹੜੀ ਹੈ ਹੋਣੀ ਚਾਹੀਦੀ ਹੈ ਕਿ ਇਹ ਕਲੋਨੀਆਂ ਕਿਹਨੇ ਪਾਸ ਕੀਤੀਆਂ, ਇਸ ਨਦੀ ਦੇ ਵਿੱਚ ਕਲੋਨੀਆਂ ਨੂੰ ਪਾਸ ਕਿਹਨੇ ਕੀਤਾ ਅਤੇ ਇਹਨਾਂ ਦੀ ਜਾਨ ਦੇ ਨਾਲ ਨਾਗਰਿਕ ਦੀ ਖਿਲਵਾੜ ਕਰਨ ਦੇ ਲਈ ਉਹ ਕਿਹੜਾ ਕਾਨੂੰਨ ਹੈ ਜਿਹਨੇ ਇਜਾਜ਼ਤ ਦਿੱਤੀ ਹੈ। ਇਸ ਦੇ ਸੰਬੰਧ ਦੇ ਵਿੱਚ ਮੈਂ ਬੇਨਤੀ ਕੀਤੀ ਐਸ ਡੀ ਐਮ ਸਾਹਿਬ ਨੂੰ, ਉਹਨਾਂ ਨੇ ਕਿਹਾ ਵੀ ਇਹਦੀ ਇਨਕੁਆਇਰੀ ਕੀਤੀ ਜਾ ਰਹੀ ਹੈਗੀ ਹੈ। ਅਤੇ ਹੁਣ ਇਸ ਵੇਲੇ ਸਵਾਲ ਹੈਗਾ ਕਿ ਜੋ ਪਾਣੀ ਦਾ ਰਸਤਾ ਹੈਗਾ, ਇਸ ਵੇਲੇ ਮੈਂ ਦੇਖ ਰਿਹਾ ਕਿ ਪਾਣੀ ਨੇ ਆਪਣਾ ਰਸਤਾ ਪੁਰਾਣਾ ਜਿਹੜਾ ਉਹ ਬਣਾਉਂਦਾ ਆ ਰਿਹਾ ਅਤੇ ਉਸ ਦੇ ਅੱਗੇ ਕਿੰਨੀ ਪਾਪੂਲੇਸ਼ਨ ਹੈ ਜਿਨ੍ਹਾਂ ਨੇ ਕਿ ਨਕਸ਼ੇ ਪਾਸ ਕਰਵਾਏ ਹੋਏ ਹੈ ਅਤੇ ਜਿਹੜੇ ਕਿ ਰੈਗੂਲਰ ਆਪਣਾ ਸਾਰਾ ਕੁਛ ਪੇ ਕਰਦੇ ਹੈ, ਜਿਹੜੇ ਕਿ ਟੈਕਸ ਹੁੰਦੇ ਆ ਇਹਨਾਂ ਦੇ, ਅਤੇ ਇਹਨਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਕਿਹਦੀ ਹੈਗੀ ਹੈ? ਅਤੇ ਜੇਕਰ ਪਾਣੀ ਰਾਤ ਨੂੰ ਜਿਵੇਂ ਮੌਸਮ ਵਿਭਾਗ ਦੀਆਂ ਖਬਰਾਂ ਵਾਰ ਵਾਰ ਆ ਰਹੀਆਂ ਵੀ ਪਾਣੀ ਕਿਸੇ ਵੇਲੇ ਵੀ ਛੱਡਣਾ ਪੈ ਸਕਦਾ, ਅਤੇ ਜੇ ਦੁਬਾਰੇ ਪਾਣੀ ਆ ਗਏ ਨੇ ਆਪਣਾ ਰਸਤਾ ਜਿਸ ਹਿਸਾਬ ਨਾਲ ਬਣਾਇਆ ਹੋਇਆ ਅਤੇ ਕਿੰਨਾ ਵੱਡਾ ਨੁਕਸਾਨ ਕਰੇਗਾ, ਇਹਨਾਂ ਦਾ ਜਾਨੀ ਨੁਕਸਾਨ ਦੀ ਕੰਪਨਸੇਸ਼ਨ ਕਿੱਦਾਂ ਕੀਤੀ ਜਾ ਸਕਦੀ ਹੈ? ਜੇ ਕਿਸੇ ਦਾ ਵੀ ਮਾਲੀ ਨੁਕਸਾਨ ਹੁੰਦਾ ਹੈ, ਆਰਥਿਕ ਪੱਖੋਂ ਹੁੰਦਾ ਹੈ, ਜਾਨੀ ਨੁਕਸਾਨ ਹੁੰਦਾ ਹੈ, ਉਹਦੇ ਲਈ ਜ਼ਿੰਮੇਵਾਰ ਕੌਣ ਹੋਏਗਾ? ਇਹ ਸਵਾਲ ਖੜ੍ਹੇ ਹੈ। ਮੈਂ ਬੇਨਤੀ ਕਰਦਾ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਕਿ ਤੁਰੰਤ ਇੱਥੇ ਵਿਜ਼ਿਟ ਕੀਤੀ ਜਾਵੇ ਕਿ ਸਾਡੀ ਸੁਰੱਖਿਆ ਕੀਤੀ ਜਾਵੇ। 2019 ਵਿੱਚ ਵੀ ਇੱਥੇ ਪਾਣੀ ਆਇਆ, 18 ਵਿੱਚ ਉਸ ਟਾਈਮ 'ਤੇ ਵੀ ਸਭੀ ਐਪ ਪ੍ਰਸ਼ਾਸਨ ਆਇਆ ਯਹਾਂ ਪੇ, ਲੇਕਿਨ ਪ੍ਰਸ਼ਾਸਨ ਨੇ ਕੋਈ ਵੀ ਅਬ ਤੱਕ ਐਕਸ਼ਨ ਨਹੀਂ ਲਿੱਤਾ। ਅਬ 9 ਮਾਰਚ ਅਭੀ 23 ਕੋ ਜਬ ਪਾਣੀ ਆਇਆ ਹੈ ਤੋ ਉਸ ਵਕਤ ਵੀ ਜੁਲਾਈ ਕੋ 9 ਜੁਲਾਈ ਕੋ ਤੋ ਉਸ ਵਕਤ ਵੀ ਮਤਲਬ ਪ੍ਰਸ਼ਾਸਨ ਦੋ ਦਿਨ ਬਾਅਦ ਆਇਆ ਯਹਾਂ ਪੇ, ਦੇਖਾ ਸੁਣਾ, ਹਮਨੇ ਚਿੱਠੀਆਂ ਲਿਖੀ ਹੈ, ਡਿਪਟੀ ਕਮਿਸ਼ਨਰ ਕੋ ਚਿੱਠੀ ਲਿਖੀ ਹੈ, ਐਫ ਡੀ ਐਮ ਕੋ ਚਿੱਠੀ ਲਿਖੀ ਹੈ, ਚੀਫ ਮਿਨਿਸਟਰ ਕੋ ਵੀ ਚਿੱਠੀ ਡਾਲੀ ਹੈ ਹਮਨੇ, ਲੇਕਿਨ ਉਸਕੇ ਬਾਅਦ ਵਿਧਾਇਕ ਕੇ ਫਾਦਰ ਸਾਹਿਬ ਸੇ ਵੀ ਹਮ ਮਾਜਰੀ ਮੇਂ ਜਾ ਕੇ ਮਿਲੇ ਹੈ, ਉਹਨਾਂ ਵੀ ਈਓ ਸਾਹਿਬ ਕੋ ਬੋਲਾ ਕਿ ਇਹ ਕਾਮ ਕਰਵਾਏ, ਲੇਕਿਨ ਜਬ ਈਓ ਸਾਹਿਬ ਸੇ ਮਿਲੇ ਹੈ ਤੋ ਉਹਨਾਂ ਨੇ ਕਿਹਾ ਕਿ ਇਹ ਕਾਮ ਜੋ ਹੈ ਡਰੇਨੇਜ ਡਿਪਾਰਟਮੈਂਟ ਕਾ ਕਾਮ ਹੈ, ਤੋ ਉਹਨਾਂ ਨੇ ਬੋਲਾ ਕਿ ਵਹਾਂ ਸੇ ਐਨ ਓ ਸੀ ਆਏਗਾ ਤਬ ਹਮ ਕੁਛ ਕਰ ਪਾਏਂਗੇ, ਲੇਕਿਨ ਆਜ 10-12 ਦਿਨ ਹੋ ਗਏ ਲੇਕਿਨ ਕੋਈ ਐਨ ਓ ਸੀ ਨਹੀਂ ਆਇਆ ਔਰ ਨਾ ਹੀ ਅਭੀ ਤੱਕ ਕੋਈ ਕਾਰਵਾਈ ਹੋਈ। ਕੁਰਾਲੀ ਤੋਂ ਹਰੀਦੇਵਨ ਦੀ ਰਿਪੋਰਟ, ਯੁਗਮਾਰਗ ਟੀਵੀ।